ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਅਤੇ ਅੱਜ ਦੀ ਗੱਲ ਕਰਾਂਗੇ ਕਿਸਾਨ ਅੰਦੋਲਨ ਦੇ ਬਾਰੇ। ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਅੱਜ 6 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਇਸ 6 ਮਹੀਨੇ ਦੇ ਦਰਮਿਆਨ ਬਹੁਤ ਕੁਝ ਕਿਸਾਨ ਅੰਦੋਲਨ ਨੇ ਵੇਖਿਆ ਅਤੇ ਬਹੁਤ ਕੁਝ ਸਰਕਾਰਾਂ ਨੇ ਵੀ ਵੇਖਿਆ। ਇਸ 6 ਮਹੀਨੇ ਦੀ ਕੜੀ ਦੇ ਵਿੱਚ ਹੁਣ ਤੱਕ ਤਕਰੀਬਨ ਜੇਕਰ ਗੱਲ ਕੀਤੀ ਜਾਵੇ ਤਾਂ 470 ਦੇ ਕਰੀਬ ਕਿਸਾਨ ਕਿਰਤੀ ਇਸ ਦੁਨੀਆ ਤੋਂ ਜਾ ਚੁੱਕੇ ਨੇ। 6 ਮਹੀਨਾ ਦਾ ਅੰਦੋਲਨ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ। ਇਸ ਅੰਦੋਲਨ ਦੇ ਦਰਮਿਆਨ ਕੁਝ ਕਿਸਾਨ ਇਸ ਦੁਨੀਆ ਤੋਂ ਠੰਡ ਦੀ ਵਜ੍ਹਾ ਨਾਲ ਚਲੇ ਗਏ, ਕੁਝ ਗਰਮੀ ਦੀ ਵਜ੍ਹਾ ਨਾਲ ਚਲੇ ਗਏ, ਕੁਝ ਬਿਮਾਰੀ ਦੀ ਵਜ੍ਹਾ ਨਾਲ ਚਲੇ ਗਏ ਅਤੇ ਕੁਝ ਆਤਮ ਹੱਤਿਆ ਵਾਲੇ ਦੌਰ ਦੇ ਵਿੱਚ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਅਜਿਹੇ ਦੌਰ ਦੇ ਵਿੱਚੋਂ 6 ਮਹੀਨੇ ਦੇ ਵਿੱਚੋਂ ਗੁਜ਼ਰ ਕੇ ਅੱਜ ਕਿਸਾਨ ਅੰਦੋਲਨ 6 ਮਹੀਨੇ ਪੂਰੇ ਕਰਦਿਆਂ 26 ਮਈ ਦੇ ਵਿੱਚ ਪਹੁੰਚਿਆ ਹੋਇਆ। ਹਰ ਪਾਸੇ ਕਿਸਾਨ ਅੰਦੋਲਨ ਨੂੰ ਲੈ ਕੇ ਚਰਚਾਵਾਂ ਸੀ ਕਿ ਕਿਸਾਨੀ ਦਾ ਅੰਦੋਲਨ ਹੁਣੇ ਠੰਡਾ ਪੈ ਚੁੱਕਿਆ, ਕਿ ਲੋਕ ਹੁਣ ਵਾਪਸ ਘਰਾਂ ਨੂੰ ਪਰਤ ਰਹੇ ਨੇ, ਪਤਾ ਨਹੀਂ ਇਸ ਅੰਦੋਲਨ ਦਾ ਕੀ ਬਣਨਾ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਸਮੇਤ ਕਿਸਾਨਾਂ ਦੇ ਵਿਚਕਾਰ ਬਣਿਆ ਹੀ ਰੇੜਕਾ ਹੁਣ ਹੱਲ ਕਿਸ ਤਰ੍ਹਾਂ ਹੋਏਗਾ। ਪਰ ਇੱਕ ਵਾਰ ਫਿਰ ਤੋਂ ਅੱਜ 26 ਮਈ ਨੂੰ ਕਿਸਾਨ ਅੰਦੋਲਨ ਦੇ ਵਿੱਚ ਰੂਹ ਫੂਕੀ ਹੈ। ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਦੀਆਂ ਚਰਚਾਵਾਂ ਹਰ ਪਾਸੇ ਛਿੜੀਆਂ ਨੇ। ਕੌਮੀ ਚੈਨਲਾਂ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਕਿਸਾਨ ਅੰਦੋਲਨ ਦਾ ਜ਼ਿਕਰ ਨਹੀਂ ਸੀ ਹੋ ਰਿਹਾ ਕਿਉਂਕਿ ਕਿਸਾਨਾਂ ਦੇ ਵੱਲੋਂ ਕੋਈ ਵੱਡੀ ਕਾਲ ਨਹੀਂ ਸੀ ਦਿੱਤੀ ਗਈ। ਪਰ ਜਦੋਂ ਬੀਤੇ ਦਿਨਾਂ ਦੇ ਵਿੱਚ ਕਿਸਾਨ ਇੱਕ ਪੱਤਰ ਲਿਖਦੇ ਨੇ, ਇੱਕ ਚਿੱਠੀ ਲਿਖਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਤਾਂ ਉਸ ਤੋਂ ਬਾਅਦ ਇਹ ਚਰਚਾਵਾਂ ਸ਼ੁਰੂ ਹੁੰਦੀਆਂ ਨੇ ਕਿ ਕਿਸਾਨਾਂ ਨੇ ਅਲਟੀਮੇਟਮ 25 ਮਈ ਤੱਕ ਤਾਂ ਦਿੱਤਾ ਹੈ ਅਤੇ ਉਸ ਤੋਂ ਬਾਅਦ 26 ਮਈ ਨੂੰ ਅੰਦੋਲਨ ਦਾ ਇੱਕ ਵੱਖਰਾ ਰੂਪ ਵੇਖਣ ਨੂੰ ਮਿਲੇਗਾ। ਹਾਲਾਂਕਿ 26 ਮਈ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀਆਂ ਨੇ, ਹਰ ਪਾਸੇ ਕਿਸਾਨਾਂ ਦੇ ਵੱਲੋਂ ਕਾਲੇ ਦਿਵਸ ਨੂੰ ਮਨਾਉਣ ਦੇ ਲਈ ਬੈਨਰ ਤਿਆਰ ਹੋ ਚੁੱਕੇ ਸੀ, ਝੰਡੇ ਬਣ ਚੁੱਕੇ ਸੀ ਅਤੇ ਲਗਾਤਾਰ ਤਿਆਰੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ। ਸੋ ਇਸ ਕਰਕੇ ਅੱਜ ਦਾ ਦਿਨ ਕਿਸਾਨਾਂ ਦੇ ਹੱਕ ਦੇ ਵਿੱਚ ਰਿਹਾ ਹੈ। ਹਰ ਪਾਸੇ ਕਾਲੀਆਂ ਝੰਡੀਆਂ ਵਿਖ ਰਹੀਆਂ ਨੇ। ਗੱਲ ਜੇਕਰ ਪੰਜਾਬ ਦੀ ਕਰੀਏ, ਪੰਜਾਬ ਦੇ ਵਿੱਚ ਅਸੀਂ ਵਿਚਰਦੇ ਹਾਂ, ਲਗਾਤਾਰ ਤਸਵੀਰਾਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਸਾਹਮਣੇ ਆਈਆਂ, ਹਰਿਆਣਾ ਦੇ ਵਿੱਚੋਂ ਸਾਹਮਣੇ ਆਈਆਂ ਅਤੇ ਇਹ ਤਸਵੀਰਾਂ ਸਾਫ਼ ਕਰ ਰਹੀਆਂ ਸੀ ਕਿ ਕਿਸਾਨਾਂ ਨੂੰ ਸਮਰਥਨ ਬਹੁਤ ਵੱਡੇ ਪੱਧਰ 'ਤੇ ਹੈ। ਹਜੇ ਕਿਸਾਨ ਅੰਦੋਲਨ ਠੰਡਾ ਨਹੀਂ ਹੋਇਆ, ਇਹ ਵੀ ਸਾਫ਼ ਹੈ ਕਿ ਕੰਮਕਾਰ ਦੇ ਚੱਲਦਿਆਂ, ਕਿਉਂਕਿ ਕਣਕ ਦੀ ਵਾਢੀ ਦੇ ਚੱਲਦਿਆਂ ਉੱਥੇ ਲੋਕਾਂ ਦੀ ਗਿਣਤੀ ਜ਼ਰੂਰ ਘਟੀ ਸੀ, ਪਰ ਉਹ ਗਿਣਤੀ ਦੁਬਾਰਾ ਹੁਣ ਫਿਰ ਉਸੇ ਤਰ੍ਹਾਂ ਹੋਣੀ ਸ਼ੁਰੂ ਹੋ ਜਾਏਗੀ। ਪਰ ਇਹ ਵੀ ਹੈ ਕਿ ਜਦੋਂ ਕਿਤੇ ਕਿਸਾਨ ਮੋਰਚੇ ਦੇ ਵੱਲੋਂ ਕੋਈ ਵੱਖਰੀ ਕਾਲ ਆਉਂਦੀ ਹੈ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਲੋਕ ਕਦੇ ਵੀ ਪਿੱਛੇ ਨਹੀਂ ਹਟਦੇ। ਇਸ ਗੱਲ ਨੂੰ ਅੱਜ ਦੇ ਦਿਨ ਨੇ ਸਾਬਤ ਕਰ ਦਿੱਤਾ ਹੈ। ਲਗਾਤਾਰ ਹੁਣ ਸਰਕਾਰ ਦੇ ਕੋਲੋਂ ਇਹ ਸਵਾਲ ਵੀ ਪੁੱਛੇ ਜਾ ਰਹੇ ਨੇ ਕਿ ਸਰਕਾਰੇ ਬੀਤ ਗਏ ਨੇ 6 ਮਹੀਨੇ, ਹੋਰ ਕਿੰਨੇ, ਹੋਰ ਕਦੋਂ ਤੱਕ ਇਹ ਮਸਲਾ ਹੱਲ ਹੋਏਗਾ? ਇਹ ਸਭ ਦੇ ਜ਼ਿਹਨ ਦੇ ਵਿੱਚ ਵੱਡਾ ਸਵਾਲ ਹੈ। ਇਸ ਕੜੀ ਦੇ ਵਿੱਚ ਜਦੋਂ ਤੋਂ ਕਿਸਾਨ ਅੰਦੋਲਨ ਚੱਲਿਆ ਹੈ ਉਦੋਂ ਤੋਂ ਚਰਚਾਵਾਂ ਸੀ ਕਿ ਸਿਆਸੀ ਤਰ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਸਿਰਫ ਬੋਲ ਰਹੀਆਂ ਨੇ, ਕਰ ਕੁਝ ਨਹੀਂ ਰਹੀਆਂ। ਕਿਸਾਨਾਂ ਦੇ ਹੱਕ ਦੇ ਵਿੱਚ ਅਸਤੀਫੇ ਦਿੱਤੇ ਜਾ ਸਕਦੇ ਸੀ, ਹੁਣ ਦੇਰ ਹੋ ਚੁੱਕੀ ਹੈ, ਪਰ ਹੁਣ ਵੀ ਕਿਤੇ ਦੇਰ ਆਏ ਦਰੁਸਤ ਆਏ ਵਾਲੀ ਜਿਹੜੀ ਗੱਲ ਕਿਤੇ ਇਹਨਾਂ ਦੇ ਜ਼ਿਹਨ ਦੇ ਵਿੱਚ ਅੱਜ ਵੀ ਹੁਣ ਵੀ ਅਸਤੀਫੇ ਦੇ ਕੇ ਸਰਕਾਰ ਦੇ ਉੱਤੇ ਆਪਣਾ ਪ੍ਰੈਸ਼ਰ ਬਿਲਡ ਕੀਤਾ ਜਾ ਸਕਦਾ ਹੈ, ਪਰ ਨਹੀਂ ਕੀਤਾ ਜਾ ਰਿਹਾ। ਪਰ ਇਸੇ ਦੌਰ ਦੇ ਵਿੱਚੋਂ ਇਹ ਵੀ ਸੀ ਕਿ ਬਹੁਤ ਸਾਰੀਆਂ ਤਾਕਤਾਂ ਰਾਜ ਸਭਾ ਮੈਂਬਰਾਂ, ਲੋਕ ਸਭਾ ਮੈਂਬਰਾਂ ਦੇ ਕੋਲ ਹੁੰਦੀਆਂ ਨੇ, MLA-ਆਂ ਦੇ ਕੋਲ ਹੁੰਦੀਆਂ ਨੇ, ਲੋਕ ਸਭਾ ਮੈਂਬਰਾਂ ਦੇ ਕੋਲ ਵੀ ਹਰ ਤਰ੍ਹਾਂ ਦੀ ਤਾਕਤ ਹੁੰਦੀ ਹੈ, ਪਾਰਟੀ ਪ੍ਰਧਾਨਾਂ ਦੇ ਕੋਲ ਬਹੁਤ ਵੱਡੀਆਂ ਤਾਕਤਾਂ ਹੁੰਦੀਆਂ ਨੇ, ਉਹ ਵਰਤ ਸਕਦੇ ਨੇ, ਪਰ ਉਹ ਵਰਤੀਆਂ ਉਸ ਕੜੀ ਦੇ ਵਿੱਚ ਨਹੀਂ ਗਈਆਂ। ਬਿਆਨਾਂ ਦੇ ਵਿੱਚ ਜ਼ਰੂਰ ਕਿਹਾ ਜਾਂਦਾ ਹੈ ਕਿ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਆ, ਪਰ ਲਗਾਤਾਰ ਚਰਚਾਵਾਂ ਸੀ ਕਿ ਸਿਆਸੀ ਤਰ੍ਹਾਂ ਕਰਨਗੀਆਂ ਕੀ। ਪਰ ਹੁਣ ਇਸ ਕੜੀ ਦੇ ਵਿੱਚ ਇੱਕ ਵੱਡੀ ਖਬਰ ਆਈ ਬੀਤੇ ਦਿਨਾਂ ਦੇ ਵਿੱਚ, ਜਦੋਂ ਇੱਕ ਪਾਸੇ ਕਿਸਾਨ ਚਿੱਠੀ ਲਿਖਦੇ ਨੇ, ਸੰਯੁਕਤ ਕਿਸਾਨ ਮੋਰਚਾ ਚਿੱਠੀ ਲਿਖਦਾ ਹੈ ਪ੍ਰਧਾਨ ਮੰਤਰੀ ਨੂੰ, ਉੱਥੇ ਹੀ ਇੱਕ ਚਿੱਠੀ ਹੋਰ ਲਿਖੀ ਜਾਂਦੀ ਹੈ। ਇਹ ਚਿੱਠੀ ਲਿਖੀ ਜਾਂਦੀ ਹੈ ਦੇਸ਼ ਦੇ 4 ਮੁੱਖ ਮੰਤਰੀਆਂ ਦੇ ਵੱਲੋਂ ਅਤੇ ਉਸ ਦੇ ਨਾਲ ਹੀ 12 ਦੇਸ਼ ਦੀਆਂ ਵੱਡੀਆਂ ਪਾਰਟੀਆਂ ਇਸ ਚਿੱਠੀ ਦੇ ਵਿੱਚ ਆਪਣੇ ਹਸਤਾਕਸ਼ਰ ਕਰਦੀਆਂ ਨੇ। ਇਸ ਦੀ ਹਾਲਾਂਕਿ ਲੀਡਿੰਗ ਜ਼ਰੂਰ ਜਿਹੜੀ ਸੋਨੀਆ ਗਾਂਧੀ ਲੈ ਜਾਂਦੇ ਨੇ, ਸੋਨੀਆ ਗਾਂਧੀ ਦੇ ਵੱਲੋਂ ਇਸ ਚਿੱਠੀ ਨੂੰ ਲਿਖਣ ਦੇ ਵਿੱਚ ਪਹਿਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਚਿੱਠੀ ਦੇ ਵਿੱਚ ਹਸਤਾਕਸ਼ਰ ਬੜੀਆਂ ਵੱਡੀਆਂ ਸ਼ਖਸੀਅਤਾਂ ਦੇਸ਼ ਦੀਆਂ ਜਿਹੜੀਆਂ ਸਿਆਸੀ ਤੌਰ ਦੇ ਉੱਤੇ ਵੇਖੀਆਂ ਜਾਂਦੀਆਂ ਨੇ, ਉਹਨਾਂ ਦੇ ਵੀ ਸਾਈਨ ਇਸ ਚਿੱਠੀ ਦੇ ਵਿੱਚ ਸੀ। ਉਹਨਾਂ ਦੇ ਵਿੱਚ ਨਾਮ ਕਿਹਦੇ ਕਿਹਦੇ ਨੇ ਉਹਨਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ। ਸਭ ਤੋਂ ਪਹਿਲਾਂ ਜੋ ਇਸ ਚਿੱਠੀ ਦੇ ਵਿੱਚ ਜ਼ਿਕਰ ਆਉਂਦਾ, ਇਸ ਚਿੱਠੀ ਦੇ ਵਿੱਚ ਲਿਖਿਆ ਕੀ ਗਿਆ ਉਹ ਵੀ ਤੁਹਾਨੂੰ ਜ਼ਰੂਰ ਅੱਗੇ ਦੱਸਾਂਗੇ। ਪਰ ਇਸ ਚਿੱਠੀ ਦੇ ਵਿੱਚ ਜਿਹੜੇ ਨਾਮ ਆਏ ਨੇ ਉਹ ਨਾਮ ਹੈ ਸੋਨੀਆ ਗਾਂਧੀ ਦੇ ਹਸਤਾਕਸ਼ਰ ਇਸ ਚਿੱਠੀ ਦੇ ਵਿੱਚ ਨੇ, ਦੇਵ ਗੌੜਾ ਸਾਹਿਬ ਨੇ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਉਹਨਾਂ ਦੇ ਵੱਲੋਂ ਵੀ ਇਸ ਚਿੱਠੀ ਦੇ ਵਿੱਚ ਜਿਹੜੇ ਆਪਣੇ ਹਸਤਾਕਸ਼ਰ ਕੀਤੇ ਗਏ ਨੇ, ਸ਼ਰਦ ਪਵਾਰ ਨੇ, ਰਾਜ ਸਭਾ ਮੈਂਬਰ ਨੇ ਅਤੇ ਕਾਂਗਰਸ ਦੇ ਵੱਡੇ ਆਗੂ ਦੇ ਵਜੋਂ ਇਹਨਾਂ ਨੂੰ ਵੇਖਿਆ ਜਾਂਦਾ, ਸ਼ਰਦ ਪਵਾਰ ਹੋਣਾ ਨੂੰ।
ममता बैनर्जी जिहड़े कि हुण लगातार पंजाब दे विच्चों इस बार इन्हां दीआं चोणां नूं बहुत वड्डे पद्धर दे उत्ते चलाया भी गया ते वेख्या भी गया। जी हाँ, गल पछमी बंगाल की है। पछमी बंगाल के मुख्यमंत्री ममता बैनर्जी ने भी इस चिट्ठी दे विच हस्ताक्षर किए ने। उधर हेमंत सुरेन ने, झारखंड के मुख्यमंत्री ने, उन्होंने भी इस चिट्ठी के जिहड़े हस्ताक्षर किए ने। अखिलेश यादव ने, साबका मुख्यमंत्री ने उत्तर प्रदेश के, इन्हां दे भी इस चिट्ठी के हस्ताक्षर ने। उधर जेकर गल करिए बिहार दे विच आर जे डी का भी बहुत जिक्र रहा इस बार दीआं बिहार चोणां दे विच, उस दे भी वड्डे आगू ने जिन्हां ने इस चिट्ठी लिखी है। तेजस्वी यादव जिहड़े कि लालू प्रसाद यादव के सपुत्र ने, उन्हां दे भी हस्ताक्षर इस चिट्ठी के विच ने, नौजवान लीडर ने। ते नाल ही फारूक अब्दुल्ला, उन्हां दा भी इस चिट्ठी के जिक्र है। यह भी दसदी है कि जदों जम्मू कश्मीर इकट्ठा होया करदा सी, ये भी उत्थों दे साबका मुख्यमंत्री रहे ने। फारूक अब्दुल्ला दे भी इस दे विच सिग्नेचर ने। सीता राम जेचरी का भी इस दे विच जिक्र है, उन्होंने भी साइन किए ने। ये कम्यूनिस्ट पार्टी सी पी आई एम दे जिहड़े आगू ने, इन्हां दे भी इत्थे इस दे विच जिहड़े हस्ताक्षर रहे ने। डी राजा सी पी आई दे ये भी मुखी ने, सी पी आई दे वड्डे आगू ने, इन्हां दे भी इस चिट्ठी दे विच हस्ताक्षर ने। ये साफ है कि वड्डे आगूआं दीआं चिट्ठियां ये बहुत समा पहलां चलिया जाणियां चाहीदियां सी, पर 6 महीने बाद जागे ने सियासी लोग इस दे विच। बाकी राज्यां दे मुख्यमंत्रियां दे भी जिहड़े हस्ताक्षर होने चाहीदे सी, पर हालांकि गल जेकर कांग्रेसी सूबियां दी करिए जिहदे च पंजाब भी है, पंजाब दे मुख्यमंत्री कैप्टन अमरिंदर सिंह ने, उन्हां दे साइनां दे जिक्र नहीं होया। राजस्थान दे विच भी कांग्रेस की सरकार है, उत्थों भी किसी के साइनां का जिक्र नहीं। पर यह भी हो सकता है कि कांग्रेस के वड्डे लीडर ने सोनिया गांधी जो उन्होंने हस्ताक्षर करते, तो यह भी मनिया जा सकता है कि हो सकता है कि उन्होंने सोचा होवे कि वड्डे लीडर ने साइन करते जो पार्टी उन्होंने नाल है, तो किसी भी सूबे दे विच उन्हां दी सरकार होवे तो हर कोई किसानों के नाल है। पंजाब के मुख्यमंत्री का बीते दिनों दे विच एक किसानों के नाल रेड़का चलिया है। इस तों बाद मुख्यमंत्री ने भी इस गल दे लई अपील की कि पटियाला शहर के ग्राहक जथेबंदी के वालों दिता जाने वाला धरना ना दिता जाए। बीते दिन खबर यह भी आई कि गन्ने की राशि जिसनों लैके किसानों ने प्रदर्शन करना, वो राशि भी 100 करोड़ के करीब जी की जारी कर दी गई पंजाब सरकार के वालों, ता जो इकट्ठ पटियाले शहर के ना हो सके। सो ये सारिया तमाम खबरों के विचकार किसान अंदोलन अपनी लगातार चाल चलता है। इस चाल के बीते दिन सियासी लोगों की एंट्री काले झंडियां के नाल भी हुई। हालांकि शुरुआत इसकी नवजोत सिंह सिद्धू कर देंगे ने। नवजोत सिंह सिद्धू के वलों सब तो पहला अपने पटियाला स्थित घर के नवजोत कौर सिद्धू के नाल झंडा लहराया जाता है। देह शिवावर मोहे वाली पंक्तियां का भी इत्थे जिक्र हुंदा है। तो नाल ही उन्होंने अमृतसर वाले घर के झंडा लहराउण की कमान है जिहड़ी उन्हां दी बेटी राबिया सिद्धू सांभदी है। तो नाल ही उस तो बाद लगातार सिलसिला कल तो शुरू हो जाता झंडे लहराउण दा। सिमरजीत बैंस दीआं तस्वीर आ जांदियां ने। उधर अज की गल करिए दिल्ली दे विच अपने सरकारी रिहायश के उत्ते हरसिमरत कौर बादल दे वल्लों भी झंडा जिहड़ा लहराया गया है। बादल पिंड दे विच जिहड़ा सुखवीर सिंह बादल होणा दा घर है, उत्थे भी काले झंडे दे नाल केसरी झंडा लहराया गया है। सो ये सारिया तमाम तस्वीर लगातार पंजाब की सियासत दे विचों सामने आईयां। सो ये पूर्ण तौर दे उत्ते है कि किसानां नूं समर्थन बहुत वड्डे पद्धर दे उत्ते अज मिल चुक्या है। तो जरूर है कि हुण आने वाले दिनों दे विच अज दे दिन का प्रभाव किसान जरूर विखाउणगे। ये साफ सी कि किसानों ने कहा कि जेकर नहीं मन्नी जाती, साडू नहीं बुलाया जाता एक चिट्ठी पत्र तो बाद। हालांकि बीजेपी विधायक इस चिट्ठी पत्र तो बाद बीजेपी के कई वड्डे आगू ने जिन्हां दे विच सुरजीत कुमार जियाणी होण जां हरियाणे दे ਵੱਡੇ ਮੰਤਰੀ ਵੀ ਨੇ, ਇਸ ਦੇ ਵਿੱਚ ਉਹਨਾਂ ਨੇ ਵਿਵਾਦਿਤ ਬਿਆਨ ਵੀ ਕਿਸਾਨਾਂ ਨੂੰ ਲੈ ਕੇ ਲਗਾਤਾਰ ਦੇ ਰਹੇ ਨੇ। ਪੰਜਾਬ ਦੇ ਵੀ ਇੱਕ ਆਗੂ ਨੇ, ਉਹ ਵੀ ਲਗਾਤਾਰ ਬਿਆਨ ਕੁਝ ਅਜਿਹੇ ਦੇ ਦਿੰਦੇ ਨੇ ਕਿ ਉਹਨਾਂ ਦੀ ਜਿਹੜੀ ਸ਼ਬਦਾਂ ਦੀ ਕਿਤੇ ਨਾ ਕਿਤੇ ਜੋ ਪੂੰਜੀ ਆ ਉਹਨਾਂ ਕੋਲ, ਉਸ ਦੇ ਉੱਤੇ ਜ਼ਰੂਰ ਸ਼ੱਕ ਹੋਣ ਲੱਗ ਜਾਂਦਾ ਹੈ ਕਿ ਸ਼ਬਦਾਂ ਦੀ ਪੂੰਜੀ ਥੋੜ੍ਹੀ ਜਿਹੀ ਸੰਭਾਲ ਕੇ ਵਰਤੀ ਜਾਵੇ ਤਾਂ ਜਿਹੜਾ ਇਹ ਰੇੜਕਾ ਜਲਦ ਮੁੱਕ ਸਕਦਾ ਹੈ। ਕਿਉਂਕਿ ਜਿਹੜੀ ਕੜੱਤਣ ਸ਼ਬਦਾਂ ਦੇ ਨਾਲ ਪੈਦਾ ਹੁੰਦੀ ਹੈ ਉਹ ਕੜੱਤਣ ਨਹੀਂ ਖਤਮ ਹੋ ਰਹੀ। ਜੇਕਰ ਰਸਤਾ ਨਿਕਲਣਾ ਹੈ ਤਾਂ ਦੋਹੇ ਧਿਰਾਂ ਦੇ ਆਪਸ ਦੇ ਵਿੱਚ ਸੁਮੇਲ ਦੇ ਨਾਲ ਨਿਕਲਣਾ ਹੈ, ਹੱਲ ਗੱਲਬਾਤ ਦੇ ਨਾਲ ਨਿਕਲਣਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿੰਦੇ ਨੇ, ਨਰਿੰਦਰ ਮੋਦੀ ਵੀ ਅਕਸਰ ਕਹਿੰਦੇ ਨੇ ਕਿ ਕੋਈ ਕਿਸੇ ਵੀ ਗੱਲ ਦਾ ਹੱਲ ਹੈ ਉਹ ਗੱਲਬਾਤ ਦੇ ਨਾਲ ਨਿਕਲਣਾ ਹੈ। ਸੋ ਗੱਲਬਾਤ ਤਾਂ ਹੀ ਤੁਰਦੀ ਹੈ ਜਦੋਂ ਦੋਹੇ ਧਿਰਾਂ ਇੱਕ ਦੂਜੇ ਦੇ ਲਈ ਜਿਹੜੀ ਬਿਆਨਬਾਜ਼ੀ ਆ ਉਹਨੂੰ ਸੰਕੋਚ ਕੇ ਕਰਨ, ਇੱਕ ਆਪਣੀ ਵੋਕੈਬਲਰੀ ਆ ਜਿਹੜੀ ਆਪਣੇ ਸ਼ਬਦ ਨੇ ਉਹਨਾਂ ਨੂੰ ਸੋਚ ਸਮਝ ਕੇ ਜ਼ੁਬਾਨ ਦੇ ਵਿੱਚੋਂ ਬਾਹਰ ਕੱਢਣ, ਤਾਂ ਜੋ ਜਿਹੜੀ ਪਹਿਲਾਂ ਸ਼ਬਦਾਂ ਦੀ ਕੁੜੰਤਣ ਹੈ ਖਤਮ ਹੋਵੇ। ਸੋ ਇਹ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਆਨਬਾਜ਼ੀ ਥੋੜ੍ਹੀ ਬਹੁਤ ਸਮਝ ਕੇ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਜਿਹੜਾ ਹੁਣ ਕਿਸਾਨਾਂ ਦੇ ਨਾਲ ਸੁਮੇਲ ਬਣਾਇਆ ਜਾਣਾ ਚਾਹੀਦਾ। ਕਿਸਾਨ ਜਥੇਬੰਦੀਆਂ ਨੂੰ ਵੀ ਇਸ ਚੀਜ਼ ਦੇ ਵਿੱਚ ਮੈਂ ਕਿਹਾ ਜ਼ਰੂਰ ਇਹ ਗੱਲ ਹੋਣੀ ਚਾਹੀਦੀ ਹੈ ਕਿ ਆਪਾਂ ਯੈਸ ਨੋ ਵਾਲੇ ਮਸਲੇ ਤੋਂ ਥੋੜ੍ਹਾ ਜਿਹਾ ਉਸ ਚੀਜ਼ ਨੂੰ ਵੀ ਵੇਖੀਏ ਕਿ ਜਦੋਂ ਆਪਾਂ ਇੱਕ ਚੀਜ਼ ਦੇ ਉੱਤੇ ਅੜ ਜਾਂਦੇ ਹਾਂ ਤਾਂ ਆਪਣਾ ਬਿਲਕੁਲ ਹੀ ਸੰਵਾਦ ਜਿਹੜਾ ਖਤਮ ਹੋਇਆ।
22 ਜਨਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। 26 ਜਨਵਰੀ ਵਾਲੇ ਤੋਂ ਬਾਅਦ ਤਾਂ ਕਿਸਾਨਾਂ ਨੂੰ ਵੱਖੋ ਵੱਖਰੀ ਕਿਸਮ ਦੇ ਨਾਲ ਪੇਸ਼ ਕੀਤਾ ਗਿਆ। ਉਸ ਦਿਨ ਦੇ ਵਿੱਚ ਜੋ ਕੁਝ ਵੀ ਹੋਇਆ, ਉਸ ਦਿਨ ਦੇ ਵਿੱਚ ਇੱਕ ਨੌਜਵਾਨ ਦਾ ਵੀ ਨਾਮ ਬਹੁਤ ਸੁਰਖੀਆਂ ਦੇ ਵਿੱਚ ਰਿਹਾ। ਹਾਲਾਂਕਿ ਉਹ ਨੌਜਵਾਨ ਨੂੰ ਦਿੱਲੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ। ਉਸ ਤੋਂ ਬਾਅਦ ਉਹ ਨੌਜਵਾਨ ਬੇਲ ਦੇ ਉੱਤੇ ਬਾਹਰ ਵੀ ਆ ਗਿਆ ਹੈ। ਪਰ ਹੁਣ ਲਗਾਤਾਰ ਹਜੇ ਤੱਕ ਜਿਹੜਾ ਤਕਰੀਬਨ 22 ਜਨਵਰੀ ਤੋਂ ਬਾਅਦ ਡੈਡਲੌਕ ਹੈ, ਨਹੀਂ ਟੁੱਟ ਰਿਹਾ ਹੈ। ਜ਼ਰੂਰੀ ਹੈ ਕਿ ਡੈਡਲੌਕ ਟੁੱਟਣਾ ਚਾਹੀਦਾ, ਨਹੀਂ ਤਾਂ ਜਿਸ ਤਰ੍ਹਾਂ ਅੱਜ ਕਿਸਾਨ ਜਥੇਬੰਦੀਆਂ ਵੱਡਾ ਐਲਾਨ ਕਰਨਗੀਆਂ ਸ਼ਾਮ ਹੁੰਦਿਆਂ ਹੀ, ਉਮੀਦ ਹੈ ਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਸਕਦੀ ਹੈ, ਅਗਲੇ ਵੱਡੇ ਐਲਾਨ ਹੋ ਸਕਦੇ ਨੇ। ਸੋ ਇਹ ਜ਼ਰੂਰ ਹੈ ਕਿ ਅੱਜ ਦਾ ਜਿਹੜਾ ਪੂਰਾ ਦਿਨ ਹੈ ਉਹ ਸ਼ਾਂਤਮਈ ਰਿਹਾ। ਹਾਲਾਂਕਿ ਹਰਿਆਣੇ ਦੇ ਵਿੱਚੋਂ ਤਸਵੀਰਾਂ ਜ਼ਰੂਰ ਥੋੜ੍ਹੀਆਂ ਬਹੁਤ ਸਾਹਮਣੇ ਆਈਆਂ, ਜਿੱਥੇ ਪੁਲਿਸ ਦੇ ਨਾਲ ਆਹਮੋ ਸਾਹਮਣੇ ਕਿਸਾਨਾਂ ਦੀ ਦੁਸ਼ਯੰਤ ਚੌਟਾਲਾ ਦੇ ਘਰ ਦੇ ਕੋਲ ਜਿਹੜੀ ਹੋਈ ਹੈ, ਥੋੜ੍ਹੀ ਬਹੁਤ ਤਸਵੀਰਾਂ ਉੱਥੋਂ ਜ਼ਰੂਰ ਜਿਹੜੀਆਂ ਆਈਆਂ ਨੇ। ਪਰ ਬਾਕੀ ਪੂਰਨ ਤੌਰ ਦੇ ਉੱਤੇ ਜਿਹੜਾ ਪੂਰੇ ਮੁਲਕ ਦੇ ਵਿੱਚ ਕਿਸਾਨਾਂ ਦਾ ਇਹ ਅੰਦੋਲਨ ਹੈ ਉਹ ਸ਼ਾਂਤਮਈ ਰਿਹਾ। ਸੋ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸ਼ਾਂਤਮਈ ਅੰਦੋਲਨ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇ, ਅਤੇ ਜਿਹੜੀ ਇਹ ਸਿਆਸੀ ਚਿੱਠੀ ਗਈ ਹੈ, ਇਸ ਸਿਆਸੀ ਚਿੱਠੀ ਦਾ ਵੀ ਕੋਈ ਨਾ ਕੋਈ ਹੱਲ ਜਿਹੜੀਆਂ ਸਰਕਾਰਾਂ ਜ਼ਰੂਰ ਕਰ ਲੈਣ। ਫਿਲਹਾਲ ਦੇ ਲਈ ਹੁਣ ਇਜਾਜ਼ਤ ਲਵਾਂਗੇ, ਫਿਰ ਕੋਈ ਵੱਡੀ ਅਪਡੇਟ ਕਿਸਾਨ ਅੰਦੋਲਨ ਨੂੰ ਲੈ ਕੇ ਆਉਂਦੀ ਹੈ ਜਾਂ ਕਿਸੇ ਹੋਰ ਮਸਲੇ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚੋਂ ਕੋਈ ਵੱਡੀ ਅਪਡੇਟ ਆਉਂਦੀ ਹੈ, ਕਿਉਂਕਿ ਲਗਾਤਾਰ ਨਵਜੋਤ ਸਿੰਘ ਸਿੱਧੂ ਦਾ ਵੀ ਮਸਲਾ ਪੱਖਿਆ ਹੋਇਆ ਹੈ। ਚਰਚਾਵਾਂ ਨੇ ਕਿ ਉਹ ਵੀ ਹਾਈਕਮਾਨ ਦੇ ਨਾਲ ਬੈਠਕ ਕਰ ਚੁੱਕੇ ਨੇ, ਅਤੇ ਉੱਧਰ ਹਾਈਕਮਾਨ ਪੰਜਾਬ ਦੇ ਵਿੱਚ ਹਰੀਸ਼ ਰਾਵਤ ਨੂੰ ਭੇਜਣ ਦੀ ਤਿਆਰੀ ਦੇ ਵਿੱਚ ਹੈ। ਅੱਜ ਆ ਜਾਣ, ਕੱਲ੍ਹ ਆ ਜਾਣ, ਹਰੀਸ਼ ਰਾਵਤ ਵੀ ਪੰਜਾਬ 'ਚ ਆ ਸਕਦੇ ਨੇ। ਸੁਖਪਾਲ ਸਿੰਘ ਖਹਿਰਾ ਵੀ ਕਾਂਗਰਸ ਦੇ ਵਿੱਚ ਜਾਣ ਦੇ ਲਈ ਕਹਿੰਦੇ ਨੇ ਕਿ ਤਿਆਰੀਆਂ ਕਰ ਚੁੱਕੇ ਨੇ, ਅਤੇ ਉਹ ਵੀ ਕਾਂਗਰਸ 'ਚ ਜਾ ਸਕਦੇ ਨੇ। ਜਾਂਦੇ ਕਿਹਦੀ ਅਗਵਾਈ 'ਚ ਨੇ, ਇਹ ਬਹੁਤ ਵੱਡਾ ਸਵਾਲ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਜਾਣਗੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਾਣਗੇ, ਇਹ ਵੀ ਜਿਹੜੀ ਜ਼ਰੂਰ ਬਹੁਤ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਸੋ ਇਹ ਸਿਆਸੀ ਮਸਲਿਆਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਗੱਲਬਾਤ ਹੁੰਦੀ ਰਹੇਗੀ, ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲਬਾਤ ਕਰਾਂਗੇ। ਫਿਲਹਾਲ ਦੇ ਲਈ ਅੱਜ ਦਾ ਪ੍ਰੋਗਰਾਮ ਕਿਸਾਨਾਂ ਦੇ ਉੱਤੇ ਸੀ। ਸੋ ਕਿਸਾਨ ਅੰਦੋਲਨ ਕਿੱਧਰ ਨੂੰ ਜਾਏਗਾ ਉਸ ਦੇ ਉੱਤੇ ਵੀ ਗੱਲਬਾਤ ਲਗਾਤਾਰ ਜਾਰੀ ਰਹੇਗੀ। ਫਿਲਹਾਲ ਦੇ ਲਈ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਕਾਲਾ ਦਿਵਸ ਮਨਾ ਰਹੇ 6 ਮਹੀਨੇ ਸੇ, ਕਾਲਾ ਦਿਵਸ ਮਨਾ ਰਹੇ ਹੈ। ਹਾਂ, ਬਣ ਜਾਏਗਾ ਦਬਾਵ, ਔਰ ਸਰਕਾਰ ਪਰ ਦਬਾਵ ਕੈਸੇ ਬਣਿਆ ਕਰੇ, ਔਰ ਕਿਆ ਸਰਕਾਰ ਸੇ ਯੁੱਧ ਲੜ ਕਾ ਦਬਾਵ ਬਣਿਆ ਕਰੇ, ਐਸੇ ਹੀ ਤੋ ਬਣਾ ਹੋਗਾ। ਕਿਉਂਕਿ ਪਿਛਲੇ ਦਿਨੋਂ ਆਪਕੀ ਤਰਫ ਸੇ ਇੱਕ ਚਿੱਠੀ ਵੀ ਲਿਖੀ ਗਈ। ਹਾਂ, ਚਿੱਠੀ ਲਿਖੀ। ਕਿਆ ਲੱਗਤਾ ਹੈ ਕਿ ਸਰ ਚਿੱਠੀ ਸੇ ਕੋਈ ਅਸਰ ਪੜੇਗਾ ਸਰਕਾਰ ਕੇ ਉੱਪਰ? ਅਬ ਕਿਆ ਪਤਾ ਅਸਰ ਪੜੇਗਾ ਨਹੀਂ, ਉਹ ਤਾਂ ਚਿੱਠੀ ਤੋਂ ਵਹੀ ਲਿਖਣੀ ਪੜਤੀ ਹੈ ਨਾ ਉਨਕੇ ਖਿਲਾਫ। ਜੋ ਅੱਜ ਪੁਤਲਾ ਦਹਨ ਕਿਆ ਗਿਆ ਹੈ? ਆਪ ਪੁਤਲਾ ਦਹਨ ਕਰਾ ਸਭ ਜਗ੍ਹਾ। ਤੋ ਕਿਸਕਾ, ਸਰਕਾਰ ਕਾ? ਸਰਕਾਰ ਕਾ, ਭਾਰਤ ਸਰਕਾਰ ਕਾ। ਤੋ ਸਰਕਾਰ ਸੇ ਕੋਈ ਬਾਤਚੀਤ ਚੱਲ ਰਹੀ ਹੈ ਅੰਦਰ? ਨਾ, ਅਭੀ ਤੱਕ ਕੋਈ ਨਹੀਂ ਚੱਲ ਰਹੀ। ਪੂਰੀ ਚਿੱਠੀ ਲਿਖ ਦੀ, ਅਬ ਚਿੱਠੀ ਲਿਖ ਦੀ ਪੂਰੀ। ਵਿਰੋਧ ਪ੍ਰਦਰਸ਼ਨ? ਵਿਰੋਧ ਪ੍ਰਦਰਸ਼ਨ, ਵਿਰੋਧ। ਕਿਉਂਕਿ ਸਰਕਾਰ ਕੋਵਿਡ ਕੀ ਗਾਈਡਲਾਈਨ ਕੋ ਵੀ ਹਵਾਲਾ ਦੇ ਕੇ ਕਹਿ ਰਹੀ ਹੈ ਕਿ ਭੀੜ ਇਕੱਠਾ ਨਾ ਹੋ। ਔਰ ਹਮ ਚਲੇ ਜਾਏਂਗੇ, ਹਮਾਰੇ ਕਾਨੂੰਨ ਵਾਪਸੀ ਲੈ ਲੋ ਤੋ ਹਮ ਚਲੇ ਜਾਏਂਗੇ। ਭੀੜ ਇਕੱਠਾ ਹੋ ਕਿਉਂ ਰਹੀ ਹੈ, ਇਸਕੀ ਜ਼ਿੰਮੇਦਾਰ ਕੌਣ ਹੈ? ਸਰਕਾਰ ਹੈ ਨਾ ਜ਼ਿੰਮੇਦਾਰ, ਤੋ ਸਰਕਾਰ ਜ਼ਿੰਮੇਦਾਰ ਹੈ, ਇਸਕੀ ਤੋ ਭੀੜ ਇਕੱਠਾ ਕਿਉਂ ਹੋ ਰਹੀ ਹੈ?